ਕਿ ਪੰਜਾਬ ਸਰਕਾਰ ਵੱਲੋਂ ਜਿੰਨੇ ਆਊਟਸੋਰਸ ਮੁਲਾਜ਼ਮ ਬਿਜਲੀ ਬੋਰਡ ਦੇ ਅਧੀਨ ਰੱਖੇ ਹੋਏ ਆ, ਉਹਨਾਂ ਦੀਆਂ ਮੰਗਾਂ ਪਿਛਲੇ ਲੰਮੇ ਸਮੇਂ ਤੋਂ ਲਟਕਾਉਂਦੇ ਆ ਰਹੇ ਆ, ਉਹਨਾਂ ਦੀਆਂ ਤਨਖਾਹਾਂ 'ਚ ਫਰੋਡ ਹੋ ਰਹੇ ਨੇ, ਉਹਨਾਂ ਦੇ EPF 'ਚ ਘਪਲੇ ਹੋ ਰਹੇ ਨੇ, ਨਿਗੂਣੀਆਂ ਤਨਖਾਹਾਂ 'ਤੇ ਉਹਨਾਂ ਤੋਂ ਇੱਕ ਬੰਦੇ ਤੋਂ ਚਾਰ ਚਾਰ ਬੰਦਿਆਂ ਦਾ ਕੰਮ ਲਿਆ ਜਾ ਰਿਹਾ ਜੀ। ਪਿਛਲੇ 2014 ਤੋਂ ਲੈ ਕੇ ਹੁਣ ਤੱਕ ਤਨਖਾਹਾਂ 'ਚ 300 ਤੋਂ 400 ਕਰੋੜ ਦਾ ਘਪਲਾ ਹੋ ਗਿਆ, ਜਿਹਦੇ ਸਾਡੇ ਕੋਲ ਪੂਰੇ ਐਵੀਡੈਂਸ ਨੇ, ਜਿਹਦੇ 'ਚ ਵਿਜੀਲੈਂਸ ਦੀ ਇਨਕੁਆਇਰੀ ਹੋਈ ਆ, EPF ਡਿਪਾਰਟਮੈਂਟ ਦੀ ਇਨਕੁਆਇਰੀ ਹੋਈ ਆ, ਜਿਹ 'ਚ ਲੇਬਰ ਕੋਰਟ ਦੀ ਰਿਪੋਰਟ ਤੱਕ ਆ ਚੁੱਕੀ। ਤੁਹਾਨੂੰ ਕਿੰਨੀ ਤਨਖਾਹ ਮਿਲ ਰਹੀ ਹੈ? ਸਾਨੂੰ ਇਸ ਟਾਈਮ ਜੀ 11,000 ਰੁਪਈਆ ਤਨਖਾਹ ਦਿੰਦੇ ਆ, ਅਤੇ ਜਿਹੜੀ ਕਿ ਇਹਨਾਂ ਨੇ ਜਿਹ 'ਚੋਂ 7,100 ਰੁਪਈਆ ਇਹ ਸੈਲਰੀ ਕਾਗਜ਼ਾਂ 'ਚ ਸ਼ੋਅ ਕਰਦੇ ਪਏ ਆ, ਉਹਦੇ 'ਤੇ ਹਾਊਸ ਰੈਂਟ ਦਿਖਾਈ ਜਾਂਦੇ ਆ ਵਿੱਚ, ਉਹਦੇ EPF 'ਚ ਡਾਇਰੈਕਟਲੀ ਜੇ ਤੁਹਾਨੂੰ ਕਹਿ ਦਈਏ EPF 'ਚ ਕੁੰਡੀ ਮਾਰਦੇ ਪਏ ਆ ਇਹ, ਉਹਦੇ ਕੀ ਆ ਜਾਲੀ ਡਾਕੂਮੈਂਟ ਬਣਾਏ ਆ ਇਹਨਾਂ ਨੇ, EPF ਦੀ ਰਸੀਦ ਜਿਹੜੀ ਜਾਲੀ ਬਣਾ ਕੇ ਬਿਜਲੀ ਬੋਰਡ ਤੋਂ ਬਿੱਲ ਪਾਸ ਕਰਾ ਰਹੇ ਆ। ਕੌਣ? ਦੋ ਕੰਪਨੀਆਂ ਪੰਜਾਬ 'ਚ ਜਿਹੜੀਆਂ ਮੁਲਾਜ਼ਮਾਂ ਨਾਲ ਲੁੱਟ ਕਰ ਰਹੀਆਂ ਨੇ। ਮਤਲਬ ਤੁਹਾਡਾ ਮਤਲਬ ਸਰਕਾਰ ਕੋਲ ਪੈਸੇ ਪੂਰੇ ਲੈ ਰਹੀ, ਤੁਹਾਨੂੰ ਘੱਟ ਦੇ ਰਹੀ? ਸਾਨੂੰ ਸਰਕਾਰ ਤੋਂ ਪੂਰੇ ਪੈਸੇ ਲੈ ਰਹੀ ਆ ਜੀ, ਸਾਨੂੰ ਘੱਟ ਦੇ ਰਹੀ ਆ। ਇਹਦੀ ਅਸੀਂ ਸਾਰੀ ਜਾਣਕਾਰੀ ਸੰਬੰਧਿਤ ਅਧਿਕਾਰੀਆਂ ਨੂੰ, ਉੱਚ ਅਧਿਕਾਰੀਆਂ ਨੂੰ ਦੇ ਚੁੱਕੇ ਹਾਂ, CMD ਸਾਹਿਬ ਨੂੰ, ਬਿਜਲੀ ਮੰਤਰੀ ਸਾਹਿਬ ਨੂੰ, ਇਹਦੀਆਂ ਸਾਰੀਆਂ ਰਿਪੋਰਟਾਂ ਆ ਚੁੱਕੀਆਂ, ਪਰ ਉਹਨਾਂ ਦਾ ਇਸ ਮਸਲੇ 'ਤੇ ਕੋਈ ਧਿਆਨ ਨਹੀਂ ਹੈ। ਕਾਰਨ ਕੀ ਹੈ? ਕਾਰਨ ਹੁਣ ਜਿਹੜੀਆਂ ਕੰਪਨੀਆਂ ਨਾਲ ਮਿਲੀਆਂ ਹੋਈਆਂ ਨੇ, ਅਫਸਰ ਉੱਚ ਅਧਿਕਾਰੀ ਮਿਲੇ ਹੋਏ ਨੇ, ਜਦੋਂ ਦੇਖੋ ਜੀ 2022 'ਚ ਸਾਰੀਆਂ ਰਿਪੋਰਟਾਂ ਆ ਗਈਆਂ, ਅਸੀਂ ਬਿਜਲੀ ਮੰਤਰੀ ਤੱਕ ਨੂੰ ਇਹ ਚੀਜ਼ ਦਿਖਾਏ, ਰਿਪੋਰਟਾਂ ਸਾਡੇ ਹੱਕ 'ਚ ਆ ਵੀ ਇਹ ਕੰਪਨੀਆਂ ਨੇ ਫਰੋਡ ਕੀਤਾ, ਪਰ ਫਿਰ ਵੀ 2022 ਤੋਂ ਉਹਨਾਂ ਨੂੰ ਹੀ ਵਾਰ ਵਾਰ ਟੈਂਡਰ ਜਿਹੜਾ ਦਿੱਤਾ ਜਾ ਰਿਹਾ। ਤੁਹਾਡੀ ਕੀ ਮੰਗ? ਸਾਡੀ ਇੱਕ ਮੰਗ ਆ ਜੀ, ਇਹ ਕੰਪਨੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ, ਇਹਨਾਂ ਦੇ ਲਾਇਸੈਂਸ ਕੈਂਸਲ ਕੀਤਾ ਜਾਵੇ, ਅਤੇ ਸਰਕਾਰ ਆਊਟਸੋਰਸ ਨੂੰ ਬੰਦ ਕਰਕੇ ਇਨਸੋਰਸ ਰਾਹੀਂ ਜਿਹੜਾ ਮੁਲਾਜ਼ਮਾਂ ਨੂੰ, ਜੇ ਨਾ ਕੀਤਾ ਗਿਆ ਫਿਰ ਕੀ ਕਰੋਗੇ? ਫਿਰ ਆਉਣ ਵਾਲੇ ਸਮੇਂ 'ਚ ਅਸੀਂ ਤਿੱਖਾ ਸੰਘਰਸ਼ ਕਰਾਂਗੇ, ਅਸੀਂ ਬਿਜਲੀ ਮੰਤਰੀ ਦੀ ਕੋਠੀ ਦਾ ਘਿਰਾਓ ਕਰਾਂਗੇ ਜੀ, ਅੱਜ ਉਸੇ ਸੰਬੰਧ 'ਚ ਅਸੀਂ ਇੱਥੇ ਇਕੱਠੇ ਹੋਏ ਹਾਂ। ਅਤੇ ਕਿੰਨੇ ਕੁ ਮੁਲਾਜ਼ਮ ਹੋ ਜੀ ਤੁਸੀਂ ਤੁਹਾਨੂੰ? ਜਿਹੜਾ ਕਲੈਰੀਕਲ ਡਿਪਾਰਟਮੈਂਟ ਆ ਜੀ, ਉਹਦੇ 'ਚ 1,000 ਇੰਪਲੋਈ ਆ, ਅਤੇ ਜੇ ਫੀਲਡ ਦੀ ਗੱਲ ਕਰੀਏ 5,400 ਮੁਲਾਜ਼ਮ ਉਹਦੇ 'ਚ ਆ ਜੀ। ਟੋਟਲ 1,500 ਮੁਲਾਜ਼ਮ? ਨਹੀਂ, 5,400 ਮਤਲਬ ਜੀ, ਟੋਟਲ 6,400 ਮੁਲਾਜ਼ਮ ਹੈ। ਤੁਸੀਂ ਕੀ ਕੀਤਾ ਫਿਰ ਇਸ ਤੋਂ ਬਾਅਦ? ਇਸ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਦੱਸਤਾ ਜੀ, ਅੱਜ ਇਸ ਲਈ ਰੂਪ ਰੇਖਾ ਇਕੱਠੀ ਕਰਨ ਲਈ ਸਾਰਾ ਅਸੀਂ ਇਕੱਠੇ ਹੋਏ ਹਾਂ, ਅਸੀਂ ਬਿਜਲੀ ਮੰਤਰੀ ਦੀ ਕੋਠੀ ਦਾ ਘਿਰਾਓ ਕਰਾਂਗੇ ਜੀ। ਅਸੀਂ ਜੀ ਪਿਛਲੇ 10-12 ਸਾਲਾਂ ਤੋਂ ਕੰਮ ਕਰਦੇ ਹਾਂ, ਵਿੱਚ ਕੋਈ 2009 ਤੋਂ ਵੀ ਲੱਗੇ ਹੋਇਆ, ਕੋਈ 2010 ਤੋਂ ਲੱਗਿਆ ਹੋਇਆ ਜੀ, ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ। ਤਨਖਾਹ 10,000 ਤੋਂ 12,000 ਰੁਪਏ ਦੇ ਵਿੱਚ ਤਨਖਾਹ ਦੇ ਰਹੇ ਜੀ। ਗੁਜ਼ਾਰਾ ਹੋ ਜਾਂਦਾ ਜੀ? ਗੁਜ਼ਾਰਾ ਬਹੁਤ ਔਖਾ ਜੀ, ਹੁਣ ਦੇ ਸਮੇਂ 'ਚ 10,000 ਨਾਲ ਗੁਜ਼ਾਰਾ ਕਰਨਾ ਕਿਤੇ ਬਹੁਤ ਔਖਾ। ਇਸ ਕਰਕੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੀ ਸਰਕਾਰ ਇੱਕ ਕਹਿ ਕੇ ਸੱਤਾ 'ਚ ਆਈ ਸੀ ਵੀ ਅਸੀਂ ਆਊਟਸੋਰਸ ਨੂੰ ਇਨਸੋਰਸ ਕਰਾਂਗੇ, ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ, ਹਰਾ ਪੈਨ ਚਲਾਵਾਂਗੇ, ਉਹਨਾਂ ਦਾ ਇਸ ਮੁੱਦੇ ਵੱਲ ਬਿਲਕੁਲ ਹੀ ਧਿਆਨ ਨਹੀਂ ਹੈਗਾ। ਉਹਨਾਂ ਨੂੰ ਜਗਾਉਣ ਲਈ ਵੀ ਅਸੀਂ ਅੱਜ ਇਕੱਠੇ ਹੋਏ ਹਾਂ, ਤਾਂ ਇਸ ਕਰਕੇ ਪ੍ਰੈਸ ਨੂੰ, ਮੀਡੀਆ ਨੂੰ ਸੱਦਿਆ ਕਿ CM ਸਾਹਿਬ ਦੇ ਕੰਨ ਤੱਕ ਹੀ ਵੱਲ ਪਹੁੰਚ ਸਕੇ। ਰਿਗਾਰਡਿੰਗ ਅਸੀਂ ਨਾ ਕੁਛ ਨਿਆਇਆਲਿਆਂ ਨੂੰ ਅਪਰੋਚ ਕਰ ਚੁੱਕੇ ਹਾਂ, ਇਹਦੇ ਰਿਗਾਰਡਿੰਗ ਅਸੀਂ RTI ਪਾਈ CMD ਸਾਹਿਬ ਨੂੰ, ਅਤੇ CMD ਸਾਹਿਬ ਵੱਲੋਂ RTI ਜਿਹੜੀ ਆ ਸੰਬੰਧਿਤ ਸਾਡੇ ਜੋਨ ਬਾਰਡਰ ਜਿਹੜੇ ਚੀਫ ਇੰਜੀਨੀਅਰ ਉਹਨਾਂ ਨੂੰ ਭੇਜ ਦਿੱਤੀ ਗਈ ਹੈ। ਉਹਦੇ ਰਿਗਾਰਡਿੰਗ ਸਾਨੂੰ ਇਹਨਾਂ ਨੇ 30 ਦਿਨ ਦਾ ਟਾਈਮ ਟੱਪਣ ਤੋਂ ਬਾਅਦ ਜਦੋਂ ਇਹਨਾਂ ਨੂੰ ਅਪਰੋਚ ਕੀਤਾ, ਇਹਨਾਂ ਨੇ ਕੀ ਕੀਤਾ ਵੀ ਕੰਪਨੀ ਨੂੰ ਲੈਟਰ ਲਾਤੀ ਵੀ ਜਿਹੜੀ ਤੁਸੀਂ ਹੈਗੇ ਹੋ, ਤੁਸੀਂ ਬਿਜਲੀ ਬੋਰਡ ਦੇ ਰੈਗੂਲਰ ਇੰਪਲੋਈ ਨੀਗੇ, ਤੁਹਾਡਾ ਜਿਹੜਾ ਸੰਬੰਧਿਤ ਜਿਹੜਾ ਜੋ ਕੋਈ ਵੀ ਕੰਮ ਉਹ ਤੁਹਾਡਾ ਕੰਪਨੀ ਨਾਲ ਰਿਲੇਟਿਡ ਹੈਗਾ। ਅਤੇ ਜਦੋਂ ਅਸੀਂ ਕੰਪਨੀ ਨੂੰ ਅਪਰੋਚ ਕਰਦੇ ਹਾਂ, ਕੰਪਨੀ ਸਾਨੂੰ ਤਕਰੀਬਨ 1.5 ਸਾਲ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਿਪਲਾਈ ਨਹੀਂ ਕਰਦੀ ਵੀ ਮੇਰੇ ਕੋਲ 2023 ਤੋਂ ਲੈ ਕੇ ਟਿਲ ਇਸ ਮਹੀਨੇ ਤੱਕ ਦੀਆਂ ਮੇਰੇ ਕੋਲ ਮੇਲਾਂ ਨੇ 1.5 ਸਾਲ ਦੀਆਂ, ਜਿਸ 'ਚ ਅਸੀਂ ਕੰਪਨੀ ਦੇ HR ਕੰਪਨੀ ਦੀ ਜਿਹੜੀ PF ਅਪਲਾਈਂਸ ਟੀਮ ਨੂੰ ਸਭ ਕੋਈ ਅਪਰੋਚ ਕਰ ਚੁੱਕੇ ਹਾਂ, ਪਰ ਕਿਸੇ ਤਰ੍ਹਾਂ ਦਾ ਕਿਸੇ ਵੱਲੋਂ ਕੋਈ ਵੀ ਢੁੱਕਵਾਂ ਜਵਾਬ ਸਾਨੂੰ ਅੱਜ ਤੱਕ ਆਇਆ ਨਹੀਂ ਹੈ। ਅਤੇ ਜਦੋਂ ਅਸੀਂ ਡਿਪਾਰਟਮੈਂਟ ਨੂੰ ਅਪਰੋਚ ਕੀਤੀ ਆ, ਡਿਪਾਰਟਮੈਂਟ ਵੱਲੋਂ ਇਹੀ ਟਰਮ ਟੋਲ ਕੀਤਾ ਵੀ ਤੁਸੀਂ ਸਾਡੇ ਇੰਪਲੋਈ ਨਹੀਂ ਹੈਗੇ, ਜਦਕਿ ਸਾਡੇ ਵਰਕ ਆਰਡਰ ਸਿੱਧਾ ਸਿੱਧਾ ਲਿਖਿਆ ਵੀ ਜਿਹੜਾ ਪ੍ਰਿੰਸੀਪਲ ਇੰਪਲੋਈ ਜਿਹੜਾ ਹੈਗਾ ਉਹ ਸਾਡਾ ਬਿਜਲੀ ਬੋਰਡ ਹੀ ਬੰਦ ਆ। ਜੇ ਕੰਪਨੀ ਸਾਡੇ ਨਾਲ ਕੋਈ ਹੇਰ ਫੇਰ ਕਿਸੇ ਤਰੀਕੇ ਦਾ PF ਦਾ ESI ਦਾ ਕੋਈ ਵੀ ਹੇਰ ਫੇਰ ਕਰਦੀ ਆ, ਅਤੇ ਜੇ ਕੰਪਨੀ ਸਾਨੂੰ ਰਿਪਲਾਈ ਨਹੀਂ ਕਰਦੀ ਤਾਂ ਅਸੀਂ ਬਿਜਲੀ ਬੋਰਡ ਨੂੰ ਇਸ ਰਿਗਾਰਡਿੰਗ ਸ਼ਿਕਾਇਤ ਦੇ ਸਕਦੇ ਹਾਂ ਅਤੇ ਉਹ ਇਹਨਾਂ 'ਤੇ ਕਾਰਵਾਈ ਕਰ ਸਕਦਾ। ਕੌਣ? ਤੁਹਾਡੀ ਨਹੀਂ ਸੁਣਵਾਈ ਹੋ ਰਹੀ?
ਹੁਣ ਆਰਟੀ ਆ ਵਿਖਵਾ ਟੀ ਮੇਰੇ ਕੋਲ ਹੈਗੀ ਹੈ ਜੀ, ਇਹਦੇ ਰਿਗਾਰਡਿੰਗ ਇਹਨਾਂ ਨੇ ਅਜੇ ਤੱਕ ਸਾਨੂੰ ਕੋਈ ਢੁੱਕਵਾਂ ਜਵਾਬ ਦਿੱਤਾ ਨਹੀਂ ਹੈ। ਅਸੀਂ 8 ਪੁਆਇੰਟਾਂ ਦਾ ਇਹਨਾਂ ਕੋਲ ਜਵਾਬ ਲਿਆ ਵੀ ਜੋ ਸਾਡੇ ਕੁਸ਼ਚਨ ਸੀ, ਚਾਹੇ ਇਹਨਾਂ ਦਾ ਕੋਈ ਇੰਟਰਨਲ ਆਡਿਟ ਪੁੱਛਿਆ ਆ, ਕੰਪਨੀਆਂ ਨਾਲ ਹੇਰ ਫੇਰ ਜੋ ਹੋਇਆ ਉਹਦੇ ਬਾਅਦ ਤੁਸੀਂ ਕੀ ਕਾਰਵਾਈ ਕੀਤੀ ਹੈ ਉਹ ਪੁੱਛਿਆ ਵਾ, ਪਰ ਇਹਦੇ ਬਾਬਤ ਸਾਨੂੰ ਕੋਈ ਅਜੇ ਤੱਕ ਰਿਪਲਾਈ ਆਇਆ ਨਹੀਂ। ਨਿੱਜੀਕਰਨ ਤੁਸੀਂ ਸਮਝਦੇ ਹੋ ਕਿ ਨੁਕਸਾਨ ਦੇ ਰਿਹਾ ਤੁਹਾਨੂੰ? ਸਰ ਨੁਕਸਾਨ ਹੀ ਦੇ ਰਿਹਾ ਨਿੱਜੀਕਰਨ, ਇਹ ਨਿੱਜੀਕਰਨ ਜਾਇਦ ਜੇ ਸਾਨੂੰ ਭਰਤੀ ਕੀਤਾ ਗਿਆ ਤਾਂ ਸਾਨੂੰ ਬੰਦ ਦਾ ਹੱਕ ਦਿੱਤਾ ਜਾਵੇ। ਹੁਣ ਕਈ ਐਸੇ ਐਸੇ ਬੰਦੇ ਨੇ ਜਿਹੜੇ 2009 ਤੋਂ ਜੁਆਇਨ ਹੋਏ ਨੇ, 2024 ਆ ਗਿਆ ਜੀ, ਤਕਰੀਬਨ ਅੱਧੀ ਜਿਹੜੀ ਲਾਈਫ ਜਿਹੜਾ ਸਾਡਾ ਜਿਹੜਾ ਹਾਰਡਵਰਕ ਦਾ ਟਾਈਮ ਹੁੰਦਾ ਉਹ ਤਕਰੀਬਨ ਇਹਨਾਂ ਨੇ ਸਾਡਾ ਮਹਿਕਮੇ ਨੇ ਖਾ ਲਿਆ, ਨਾ ਸਾਨੂੰ ਇਹਨਾਂ ਨੇ ਰੈਗੂਲਰ ਦਾ ਕੀਤਾ ਵਾ ਅਤੇ ਨਾ ਇਹਨਾਂ ਨੂੰ ਇਹਨਾਂ ਬੰਦ ਦੇ ਹੱਕ ਅੱਜ ਦੇ ਟਾਈਮ ਨਾਲ ਦਿੱਤੇ ਗਏ ਆ ਜੀ।